ਇਹ ਕੱਟਾ ਜੀ ਤੁਹਾਨੂੰ ਦਿਖਾ ਰਹੇ ਹਾਂ ਔਰ ਇਸ ਤੋਂ ਅੱਗੇ ਤੁਹਾਨੂੰ ਲੈ ਕੇ ਜਾ ਰਹੇ ਹਾਂ ਮੱਝ ਦੇ ਕਰੀਬ। ਔਰ ਮੱਝ ਇਸ ਲਈ ਤੁਹਾਨੂੰ ਦਿਖਾਉਣਾ ਚਾਹ ਰਿਹਾ ਕਿ ਇੱਕ ਤਾਂ ਤਾਜ਼ਾ ਤਾਜ਼ਾ ਸੂਈ ਹੈ, ਇਹ ਕੱਟਾ ਇਹਦਾ ਕਿਤਨੇ ਦਿਨਾਂ ਦਾ ਹੋ ਗਿਆ ਜੀ ਕੱਟਾ? ਅੱਛਾ ਅੱਛਾ ਅੱਛਾ, ਮਾਸ਼ਾ ਅੱਲਾ ਵੀ ਸੋਹਣੀ ਮੱਝ ਹੈ ਤੁਹਾਡੀ। ਅਤੇ ਇਹ ਕਿਵੇਂ ਕੋਈ ਵੇਚਣਾ ਚਾਹ ਰਹੇ ਹੋ ਜੀ? ਅੱਛਾ ਅੱਛਾ, ਅਤੇ ਕੋਈ ਦੱਸੋ ਇਹ ਕੋਈ ਅਗਰ ਲੈਣਾ ਚਾਹਵੇ ਤੇ ਕਿਹੜੀ ਨਸਲ ਦੀ ਹੈ? ਮੈਂ ਨੀਲੀ ਨਸਲ ਦੀ। ਅੱਛਾ ਅੱਛਾ, ਔਰ ਵੀਡੀਓ ਤੋਂ ਵੀ ਤੁਸੀਂ ਇਹਦਾ ਮੱਥਾ ਮੁੱਥਾ ਦੇਖ ਰਹੇ ਹੋ, ਸਿੰਘ ਬੜੇ ਸੋਹਣੇ ਨੇ ਸਿੰਘ। ਇਹ ਕਿਵੇਂ ਆਪ ਇਹ ਬਣਵਾਉਂਦੇ ਨੇ ਜਾਂ ਇਹ ਕੁਦਰਤੀ ਹੁੰਦੇ ਨੇ? ਇਹ ਕੁਦਰਤੀ ਹੁੰਦੇ ਨੇ। ਅੱਛਾ ਅੱਛਾ ਅੱਛਾ, ਔਰ ਇਹਦਾ ਕੋਈ ਹੋਰ ਸਾਨੂੰ ਦੱਸੋ ਵੀ ਇਹ ਕੀ ਇਹ ਕਿਹੜੇ ਕਿਹੜੀਆਂ ਇਹਦੀਆਂ ਖੂਬੀਆਂ ਹਨ ਅਤੇ ਕਿਵੇਂ ਕਿਵੇਂ ਖੇਤੀ ਉੱਚੀ ਖੇਤੀ ਹੈ, ਵੱਡੀ ਖੇਤੀ ਕਿ ਲੰਬੀ ਲੰਬੀ? 4.5 ਫੁੱਟ ਸਾਢੇ ਅੱਠ ਫੁੱਟ ਲੰਬੀ ਹੈ। ਔਰ ਉੱਚੀ ਕਿਤਨੀ ਦੱਸੀ ਨੇ? ਮੱਝ ਨੇੜੇ ਆ ਗਈ ਮੈਂ ਸਮਝ ਜੀ, ਸਾਢੇ ਚਾਰ ਫੁੱਟ। ਤੇ ਇਹ ਵੱਡੀਆਂ ਮੱਝਾਂ 'ਚ ਸ਼ਾਮਿਲ ਹੁੰਦੀ? ਇਹ ਕਿਤਵੇਂ ਸੂਏ ਹੈ? ਚੌਥੇ ਸੂਏ ਦੇ ਵਿੱਚ। ਅੱਛਾ ਅੱਛਾ ਅੱਛਾ, ਤੇ ਕਿਤਵੇਂ ਦਿਨ ਹੋ ਗਏ ਇਸ ਨੂੰ ਸੂਈ ਨੂੰ? 20-25 ਦਿਨ। ਤੇ ਇਹਦੇ ਕੋਈ ਵਪਾਰੀ ਵਪੂਰੀ ਲੱਗ ਰਹੇ ਨੇ? ਵਪਾਰੀ ਲੱਗ ਰਹੇ ਜੀ। ਅੱਛਾ, ਅਸੀਂ 3.5 ਮੰਗਨੇ ਆ। ਤੇ ਵਪਾਰੀ ਕੋਈ 70 ਕੋ 75 ਦੋ। ਅੱਛਾ, 75 ਲਾਵਾਂਗੇ। 2 70-75 ਤੱਕ ਲੱਗ ਚੁੱਕਾ। ਹਾਂ। ਅੱਛਾ ਅੱਛਾ ਅੱਛਾ, ਔਰ ਤੁਹਾਡੀ ਡਿਮਾਂਡ ਹੈ 3.5 ਦੀ? 3.5। ਅੱਛਾ ਅੱਛਾ ਅੱਛਾ, ਔਰ ਅਗਰ ਇਹ ਅਸੀਂ ਦੱਸਣਾ ਚਾਹੀਏ ਇਹ ਵੀਡੀਓ ਤੁਹਾਡੀ ਅਪਲੋਡ ਕਰਨਾ ਚਾਹੀਏ ਤਾਂ ਇਜਾਜ਼ਤ ਹੈ? ਅਸੀਂ ਕਰ ਦਈਏ ਲੋਕ ਇਸ ਨੂੰ ਦੇਖਣ। ਔਰ ਇਹ ਫਿਰ ਤੁਸੀਂ ਇਹ ਵੀ ਦੱਸ ਦਿਓ ਕਿ ਇਹ ਫਿਰ ਕਿਹੜੇ ਏਰੀਏ ਦੇ ਵਿੱਚ ਇਹ ਮੱਝ ਖੜਤੀ? ਇਹ ਜੀ ਚੱਕਟਾਲੀ ਵਾਲਾ ਹੈ, ਮਿੰਚਰਾਬਾਦ। ਠੀਕ ਹੈ, ਉੱਥੇ ਮੱਝ ਖੜੀ। ਔਰ ਚੱਕ ਹੈ ਜੀ ਟਾਲੀ ਵਾਲਾ, ਮੌਜ਼ਾ ਦਰਿਆ ਦਿੱਤਾ ਮੱਲ, ਔਰ ਤਹਿਸੀਲ ਹੈ ਮਿੰਚਰਾਬਾਦ, ਔਰ ਜ਼ਿਲ੍ਹਾ ਹੈ ਬਹਾਵਲ ਨਗਰ ਪਾਕਿਸਤਾਨ ਦਾ। ਔਰ ਇਹਦੇ ਨਾਲ ਨਾਲ ਤੁਹਾਨੂੰ ਇੱਕ ਦਫ਼ਾ ਫਿਰ ਕੱਟਾ ਦਿਖਾ ਦਈਏ ਜੀ। ਕੱਟਾ ਵੀ ਦੱਸ ਰਹੇ ਨੇ ਜੀ ਕਿ ਬੜਾ ਖੂਬਸੂਰਤ ਹੈ, ਬਾਕੀ ਤੁਸੀਂ ਆਪ ਹੀ ਦੇਖ ਸਕਦੇ ਹੋ। ਇਹ 20 ਦਿਨਾਂ ਦਾ ਜੀ, ਮਾਸ਼ਾਅੱਲਾਹ। ਅੱਛਾ ਅੱਛਾ ਅੱਛਾ, ਅਤੇ ਕਿਤਨਾ ਕੁ ਦੁੱਧ ਹੈ ਮੱਝ ਦਾ? ਮੱਝ ਦਾ ਜੀ ਸਾਰੀ ਦਾ 8 ਕਿਲੋ ਦੁੱਧ। 8 ਕਿਲੋ ਹੈ। ਤੁਸੀਂ ਕੱਟੇ ਨੂੰ ਅੱਧਾ ਛੱਡਦੇ ਹੋ? ਅੱਧਾ ਜੀ, ਅੱਧਾ ਕੱਟਣ ਤੋਂ ਬਾਅਦ। ਹਾਂ, 2 ਟਾਈਮ। ਅੱਛਾ, ਇਹਦਾ ਕੁਝ ਹੋਰ ਵੀ ਦੱਸਦੇ ਨੇ, ਕੋਈ ਥਣ ਚੱਡੇ ਦਾ ਵੀ ਹੁੰਦਾ ਹੈ, ਤੇ ਇਹ ਥਣ ਚੱਡੇ ਦੇ ਬਾਰੇ ਵੀ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਦਾ ਹੈ ਇਸਦਾ? ਇਹਦਾ ਜੀ ਵਿਰਲਾ ਬਹੁਤ ਹੈ, ਗਿਟ-ਗਿਟ ਵਿਰਲਾ ਇਹਨਾਂ ਦੀਆਂ। ਹਾਂ, ਥਣਾਂ ਦੀਆਂ। ਹਾਂ, ਤੇ ਪਿੱਛੇ ਤੁਹਾਡਾ ਵੇਖੋ ਤੁਸੀਂ ਹੁਣ ਚੋਗਾ ਲੱਗਾ ਖੜਾ ਹੈ। ਹਾਂ, ਅੱਗੋਂ ਵੇਖਦੇ ਪਏ ਨੇ ਕਿੱਥੇ ਚੱਡਾ। ਹਾਂ 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 ਹਾਂ, ਇਹਦੀ ਅਗਾੜੀ ਪਛਾੜੀ ਬਿਲਕੁਲ ਸਹੀ ਹੈ। 5 ਕਿਲੋ ਇਹ ਪਛਾੜੀ 'ਚ ਦਿੰਦੀ, 3 ਕਿਲੋ ਅਗਾੜੀ 'ਚ। ਪਿਛਾੜੀ ਅਤੇ ਉਗਾੜੀ ਇਹ ਕੀ ਹੁੰਦਾ? ਇਹ ਹੁੰਦਾ ਪਿਛਲੇ ਥਣਾਂ 'ਚੋਂ। ਤੁਸੀਂ ਥੋੜ੍ਹਾ ਜਿਹਾ ਇਸ ਸਾਈਡ 'ਤੇ ਮੱਝ ਨੂੰ ਮੈਂ ਦਿਖਾ ਦੇਵਾਂ। ਅੱਛਾ, ਅਗਾੜੀ ਹੁੰਦਾ ਹੈ ਅਗਲੇ ਥਣ, ਪਿਛਾੜੀ ਅਗਲੇ 2 ਥਣ। ਹਾਂਜੀ, ਅਤੇ ਪਿਛਾੜੀ ਪਿਛਲੇ 2 ਥਣ। ਅੱਛਾ ਅੱਛਾ, ਅਤੇ ਇਹ ਦੁੱਧ ਬਰਾਬਰ ਹੁੰਦਾ ਜਾਂ ਵੱਧ ਘੱਟ ਹੁੰਦਾ? ਪਿਛਲਿਆਂ ਦੇ ਵਿੱਚ ਜ਼ਿਆਦਾ ਹੈ, ਉਹਨਾਂ ਦੇ ਵਿੱਚ 5 ਕਿਲੋ, ਅਗਲਿਆਂ ਦੇ ਵਿੱਚ 3 ਕਿਲੋ। ਅਤੇ ਮੱਝਾਂ ਚੰਗੀਆਂ ਜਿਹੜੀਆਂ ਨੇ, ਅੰਦਾਜ਼ਾ ਕਿੰਨਾ ਕੁ ਦੁੱਧ ਦੇ ਦਿੰਦੀਆਂ?
ਇੱਦਾਂ ਹੀ ਦਿੰਦੀਆਂ। ਬਾਕੀ ਇਹ ਹੈ ਕਿ ਪਾਏ ਤਾਂ ਹੈ, ਜਿਤਨਾ ਇਹਨੂੰ ਪਾਈ ਜਾਓ ਉਤਨਾ ਤੁਸੀਂ ਦੁੱਧ ਜ਼ਿਆਦਾ ਲਈ ਜਾਓ। ਖੁਰਾਕ ਇਸ ਕਿਸਮ ਦੀ ਹੈ ਨਾ ਵੀ ਚਾਰਾ ਵੀ। ਤੁਸੀਂ ਕੀ ਖੁਰਾਕ ਪਾ ਰਹੇ ਹੋ? ਬਸ ਜਵਾਰ ਦਾ ਚਾਰਾ ਤੂੜੀ। ਅੱਛਾ ਅੱਛਾ। ਲਓ ਦੋਸਤੋ ਇਹ ਹੈ ਅੱਜ ਦੀ ਮੱਝ, ਦੱਸ ਰਹੇ ਨੇ ਕਿ ਇਕਬਾਲ ਵੱਟੂ ਸਾਹਿਬ ਕਿ ਨੀਲੀ ਦੀ ਮੱਝ ਹੈ। ਸੋਰੀ, ਅਗਰ ਤੁਸੀਂ ਕੋਈ ਨੰਬਰ ਲੈਣਾ ਚਾਹੋ, ਕੋਈ ਦੋਸਤ ਇਸ 'ਤੇ ਦਿਲਚਸਪੀ ਹੈ, ਲੈਣਾ ਚਾਹ ਰਹੀ ਹੈ, ਤਾਂ ਉਹਨਾਂ ਨੇ ਆਪਣੀ ਡਿਮਾਂਡ ਵੀ ਦੱਸ ਦਿੱਤੀ, ਇਹ ਵੀ ਦੱਸ ਦਿੱਤਾ ਕਿ ਕਿੱਥੇ ਤੱਕ ਲੱਗ ਚੁੱਕੇ ਨੇ ਪੈਸੇ, ਅਤੇ ਮੈਂ ਤੁਹਾਨੂੰ ਨੰਬਰ ਅਵੇਲੇਬਲ ਕਰ ਦਿਆਂਗਾ, ਅਤੇ ਤੁਸੀਂ ਰਾਬਤਾ ਕਰ ਸਕਦੇ ਹੋ।